ਸਸਿਕਾ ਜੀ ਸਵਾਗਤ ਕਰਦੇ ਆਂ ਜੀ ਸਾਡੇ ਪੀਵੀ ਗਿਆਨ ਚੈਨਲ 'ਚ ਸੋ ਅੱਜ ਰੋਇੰਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਸੋ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬ ਪੁਲਿਸ ਦੀ ਭਰਤੀ ਬਾਰੇ ਜਿਵੇਂ ਕਿ ਤੁਸੀਂ ਹੈਡਲਾਈਨ ਦੇਖ ਹੀ ਲਈ ਆ ਜੀ ਪੰਜਾਬ ਪੁਲਿਸ ਕਨਸਟੇਬਲ ਰਿਕਰੂਟਮੈਂਟ 2020 ਆਨਲਾਈਨ ਅਪਲੀਕੇਸ਼ਨ ਕਦੋਂ ਜਿਹੜਾ ਕਿ ਸਬਮਿਟ ਹੋਣਗੇ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਸਾਡੀ ਹਰ ਮਲੇ ਅਗਲੀ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਿ ਤੇ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਜੀ ਤੇ ਜਿਵੇਂ ਕਿ ਤੁਸੀਂ ਦੇਖਿਆ ਹੈ ਕਿ ਪੰਜਾਬ ਪੁਲਿਸ ਕਨਸਟੇਬਲ ਰਿਕਰੂਟਮੈਂਟ 2020 ਨੋਟੀਫਿਕੇਸ਼ਨ ਜਾਰੀ ਹੋਈ ਸੀ ਇੱਥੇ ਤੁਹਾਨੂੰ ਤੁਸੀਂ ਦੇਖ ਸਕਦੇ ਜੀ ਉੱਪਰ ਰੈੱਡ ਕਲਰ ਚ ਅਕਤੂਬਰ 10 2020 ਦੀ ਜਿਹੜੀ ਨੋਟੀਫਿਕੇਸ਼ਨ ਆਈ ਹੋਈ ਸੀ ਤੇ ਚਲੋ ਮੈਂ ਤੁਹਾਨੂੰ ਕੀ ਦੱਸ ਦਿੰਦਾ ਕਿ ਇਹ ਨੋਟੀਫਿਕੇਸ਼ਨ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਵਾ ਤੇ ਇੱਥੇ ਤੁਸੀਂ ਦੇਖ ਸਕਦੇ ਜੀ ਪੰਜਾਬ ਪੁਲਿਸ ਰਿਕਰੂਟਮੈਂਟ 2020 ਪੰਜਾਬ ਪੁਲਿਸ ਸਿਪਾਹੀ ਭਰਤੀ 2020 ਪੰਜਾਬ ਪੁਲਿਸ 4000 ਕਨਸਟੇਬਲ ਰਿਕਰੂਟਮੈਂਟ 2020 ਹਾਊ ਅਪਲਾਈ ਫਾਰ ਪੰਜਾਬ ਪੁਲਿਸ ਕਨਸਟੇਬਲ ਮੇਲ ਐਂਡ ਫੀਮੇਲ ਵੈਕੈਂਸੀਜ਼ 2020 ਨੋ ਮੋਰ ਅਬਾਊਟ ਪੰਜਾਬ ਪੁਲਿਸ ਲੇਟੈਸਟ ਨੋਟੀਫਿਕੇਸ਼ਨ 2020 ਕਲਿੱਕ ਹੇਅਰ ਟੂ ਅਪਲਾਈ ਆਨਲਾਈਨ ਪੰਜਾਬ ਪੁਲਿਸ ਵੇਰੀਅਸ ਕਨਸਟੇਬਲ ਐਸਆਈ ਵੈਕੈਂਸੀਜ਼ 2020 ਪੰਜਾਬ ਪੁਲਿਸ ਹੈੱਡ ਕਨਸਟੇਬਲ ਪ੍ਰਤੀ 2020 ਸੋ ਦੋਸਤੋ ਇਹਦੇ ਜਿਹੜੀ ਭਰਤੀ ਆ ਇਹਦੇ ਵਿੱਚ ਜਿਹੜਾ ਕਿ ਸਪਾਈ ਦੀ ਜਿਹੜੀ ਕਿ ਭਰਤੀ ਹੋਵੇਗੀ ਸਬ ਇੰਸਪੈਕਟਰ ਦੀ ਭਰਤੀ ਹੋਵੇਗੀ ਤੇ ਬਾਕੀ ਇਹ ਮੇਲ ਔਰ ਫੀਮੇਲ ਦੋਵੇਂ ਜਿਹੜਾ ਕਿ ਕੈਂਡੀਡੇਟ ਜਿਹੜਾ ਕਿ ਅਪਲਾਈ ਕਰ ਸਕਦੇ ਨੇ ਤੇ ਜੇਕਰ ਆਪਾਂ ਇਹਦੀ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਕੁਆਲਿਫਿਕੇਸ਼ਨ ਇਹਦੇ ਵਿੱਚ 10th ਤੇ +2 ਜਿਹੜਾ ਕਿ ਬੇਸਟ ਦੇ ਜਿਹੜਾ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਬਾਕੀ ਜਿਹੜਾ ਕਿ ਜਿਹੜੀ ਕਿ ਵੱਡੀ ਪੋਸਟ ਜਿਦਾਂ ਕਿ ਸਬ ਇਨਸਪੈਕਟਰ ਦੀ ਹੋਗੀ ਉਹਦੇ ਲਈ ਜਿਹੜਾ ਕਿ ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ ਤੇ ਜਿਹੜਾ ਸਪਾਈ ਦੀਆਂ ਨੇ ਜਿਹੜੀਆਂ ਵੈਕੈਂਸੀਸ ਨੇ ਉਹਦੇ ਲਈ ਫੀਮੇਲ ਔਰ ਇੰਡਾ ਮੇਲ ਦੋਵੇਂ 10th ਤੇ +2 ਪਾਸ ਹੋਣੇ ਚਾਹੀਦੇ ਆ ਜੇਕਰ ਏਜ ਦੀ ਗੱਲ ਕਰੀਏ ਤਾਂ ਆਪਾਂ ਏਜ ਲਿਮਿਟ ਜਿਹੜੀ ਇਹਦੇ ਵਿੱਚ ਹੈਗੀ ਆ ਜੀ 18 ਤੋਂ ਲੈ ਕੇ ਤੇ 25 ਯਰ ਜਿਹੜੇ ਕਿ ਏਜ ਇਹਦੇ ਵਿੱਚ ਮਿਨੀਮਮ ਹੈਗੀ ਆ ਜੀ ਜੇਕਰ ਆਪਾਂ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤੇ ਸਿਲੈਕਸ਼ਨ ਪ੍ਰੋਸੈਸ ਵਿੱਚ ਜਿਹੜਾ ਕਿ ਜਿਵੇਂ ਪਹਿਲਾਂ ਭਰਤੀਆਂ ਹੋਈਆਂ ਸੀ ਉਦਾਂ ਹੀ ਪਹਿਲਾਂ ਜਿਹੜਾ ਕਿ ਤੁਹਾਡਾ ਜਿਹੜਾ ਕਿ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਵੇਗਾ ਫਿਰ ਫਿਜ਼ੀਕਲ ਮੈਅਰਮੈਂਟ ਟੈਸਟ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ ਕਿ ਤੁਹਾਡਾ ਮੈਡੀਕਲ ਹੋਵੇਗਾ ਫਿਰ ਜਿਹੜਾ ਕਿ ਤੁਹਾਡਾ ਜਿਹੜਾ ਕਿ ਮੈਰਿਟ ਲਿਸਟ ਬਣੇਗੀ ਉਸ ਤੋਂ ਬਾਅਦ ਜਿਹੜਾ ਤੁਹਾਡਾ ਇੰਟਰਵਿਊ ਹੋਵੇਗਾ ਉਸ ਤੋਂ ਬਾਅਦ ਜਿਹੜਾ ਤੁਹਾਡੀ ਜਿਹੜੀ ਸਿਲੈਕਸ਼ਨ ਹੋ ਜਾਵੇਗੀ ਸੋ ਇਹ ਜਿਹੜਾ ਇੱਕ ਨੋਟੀਫਿਕੇਸ਼ਨ ਆਇਆ ਹੋਇਆ ਸੀ ਤੇ ਸੂ ਬਹੁਤ ਜਲਦੀ ਜਿਹੜਾ ਕਿ ਉਮੀਦਵਾਰਾਂ ਪਰਤੇ ਜਿਹੜਾ ਕਿ ਇਹ ਫਾਰਮ ਜਿਹੜਾ ਕਿ ਆਨਲਾਈਨ ਜਿਹੜਾ ਕਿ ਜਲਦੀ ਜਿਹੜਾ ਇੱਕ ਸਟਾਰਟ ਹੋ ਜਾਣਗੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਅਗਲੇ ਕੁਝ ਜਿਹੜਾ ਕਿ ਦਿਨਾਂ ਵਿੱਚ ਜਿਵੇਂ ਕਿ ਇਹਨਾਂ ਨੇ 2020 ਦੇ ਵਿੱਚ ਦੱਸਿਆ ਹੋਇਆ ਵਾ ਪੰਜਾਬ ਪੁਲਿਸ ਕਨਸਟੇਬਲ ਰਿਕਰੂਟਮੈਂਟ 2020 ਤੇ 2020 ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਵੇਂ ਕਿ ਨੈਕਸਟ ਮੰਥ ਨਵੰਬਰ ਤੇ ਦਸੰਬਰ ਰਹਿ ਗਿਆ ਵਾ ਸੋ ਇਹਨਾਂ ਮੰਥ ਦੇ ਵਿੱਚ ਇਹ ਕਿਸੇ ਵੇਲੇ ਵੀ ਜਿਹੜਾ ਕਿ ਫਾਰਮ ਆਨਲਾਈਨ ਜਿਹੜਾ ਕਿ ਅਪਲਾਈ ਹੋਣਾ ਸਟਾਰਟ ਹੋ ਸਕਦੇ ਆ ਤੇ ਬਾਕੀ ਹਜੇ ਕੋਈ ਵੀ ਡੇਟ ਡੂ ਨਾ ਮੈਂਸ਼ਨ ਨਹੀਂ ਕੀਤੀ ਇਹਨਾਂ ਤੇ ਜਲਦੀ ਜਿਵੇਂ ਕੋਈ ਆਪਣਾ ਨੋਟੀਫਿਕੇਸ਼ਨ ਦੁਬਾਰਾ ਜਿਹੜਾ ਕਿ ਆਊਗਾ ਤੇ ਸੋ ਤੁਹਾਨੂੰ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਸੋ ਜੇਕਰ ਛੜ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਬੈਲ ਆਈਕਨ ਬੜਾ ਜ਼ਰੂਰ ਦਬਾਓ ਤਾਂ ਉਹ ਛੜ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸੇਗੀ ਸੋ